ਤੇ ਬਾਈ ਹੁਣ ਕਰਦੇ ਹਾਂ ਬਾਈ ਪਿੰਦੀ ਨਾਲ ਗੱਲ, ਥੋੜ੍ਹਾ ਜਿਹਾ ਉਦੋਂ ਲੇਟ ਹੋ ਗਏ ਸੀਗੇ ਯਾਰ, ਅਤੇ ਧਾਰ ਧੂਰ ਕੱਢਣੀ ਸੀਗੀ ਹੈ ਨਾ ਤਾਂ ਕਰਕੇ, ਅਤੇ ਉਦੋਂ ਬਾਅਦ ਸਾਡਾ ਟਾਈਮ ਹੀ ਲੱਗਿਆ ਅਸਲ ਦੇ ਵਿੱਚ, ਤਾਂ ਹੁਣ ਗੱਲਬਾਤ ਕਰਦੇ ਹਾਂ ਨਾ ਪਿੰਦੀ ਨੂੰ ਉਦੋਂ ਵਧਾਈਆਂ ਦਿੱਤੀਆਂ ਨਹੀਂ ਗਈਆਂ, ਤਾਂ ਚਲੋ ਅਸੀਂ ਦੇ ਦਿੱਤੀਆਂ ਸੀ, ਹੁਣ ਚੈਨਲ ਵੱਲੋਂ ਸਾਰਿਆਂ ਨੇ ਭਰਾ ਨੂੰ ਕਮੈਂਟ ਦੇ ਵਿੱਚ ਵਧਾਈਆਂ ਜ਼ਰੂਰ ਦੇਣਗੇ ਜਿਨ੍ਹਾਂ ਨੂੰ ਦਿਲੋਂ ਖੁਸ਼ੀ ਹੋਈ ਹੈ ਨਾ, ਅਤੇ ਬਾਈ ਪਿੰਦੀ ਵਧਾਈਆਂ ਤੈਨੂੰ ਸਾਰੇ ਯੂਟਿਊਬ ਵਾਲਿਆਂ ਵੱਲੋਂ ਅਤੇ ਆਪਣੇ ਸਾਰੇ ਭਰਾਵਾਂ ਵੱਲੋਂ। ਹਾਂਜੀ ਬਹੁਤ ਬਹੁਤ ਵਧਾਈਆਂ ਬਾਈ, ਦੱਸ ਆਪਣੀ ਬਿੱਲੋ ਝੋਟੀ ਬਾਰੇ ਪਹਿਲਾਂ। ਹਾਂਜੀ ਹਾਂਜੀ ਵੀਰੇ, ਅਤੇ ਆਪਣੀ ਬਿੱਲੋ ਝੋਟੀ ਫੱਟ ਆਈ ਹੈ ਜੀ ਅੱਜ, ਤਾਂ ਬਾਕੀ ਉੱਥੇ ਬਹੁਤ ਮਾਣ ਵਾਲੀ ਗੱਲ ਹੈ, ਇਕੱਲਾ ਇੱਥੇ ਨਹੀਂ ਵੀ ਇੱਥੇ ਮੇਲੇ 'ਤੇ ਫੱਟ ਆਈ ਹੈ ਵੀ ਮਾਣ ਵਾਲੀ ਗੱਲ ਹੈ, ਅਤੇ ਉਹਦੇ ਮਾਣ ਵਾਲੀ ਗੱਲ ਤਾਂ ਉਹਦੀ ਹੋ ਗਈ ਸੀਗੀ ਜਦੋਂ ਉਹਨੇ ਮਤਲਬ ਮੇਰੇ ਨਾਲ ਇੰਡੀਆ ਦਾ ਰਿਕਾਰਡ ਬਣਾਇਆ ਸੀਗਾ, ਜਿਹਨੇ ਅੱਜ ਤੱਕ ਦੋ ਦੰਦ ਨੇ 2.5 ਸਾਲ ਦੀ ਉਮਰ ਦੇ ਵਿੱਚ ਹੋ ਕੇ ਸੂਈ 'ਤੇ ਚਵਾਈਆਂ ਹੋਈਆਂ, ਅਤੇ ਚਵਾਈਆਂ ਹੋ ਕੇ ਦੀਪ ਰੋਕੀ ਮਾੜੀ ਮਾਣ ਵਾਲੀ ਗੱਲ ਤਾਂ ਬਈ ਇਹੀ ਹੈ ਕਿ ਵੀ ਜਿਹੜਾ ਇਹਦਾ ਰਿਕਾਰਡ ਸੀਗਾ ਇੰਡੀਆ ਦਾ ਸਭ ਤੋਂ ਜ਼ਿਆਦਾ ਰਿਕਾਰਡ ਇਹ ਝੋਟੀ ਦਾ ਆਪਣੇ ਨਾਮ ਹੈ, ਜਿਹੜੀਆਂ ਨੀਲੀ ਰਾਵੀ ਦੀਆਂ ਪਹਿਲਾਂ ਝੋਟੀਆਂ ਸੀਗੀਆਂ ਤਾਂ ਉਮਰ ਦਾ ਨਹੀਂ ਕਹਿ ਸਕਦੇ ਵੀ ਪਹਿਲਾਂ ਝੋਟੀਆਂ ਜਿਹੜੀਆਂ ਦੋ ਦੰਦ ਸੀਗੀਆਂ ਉਹਨਾਂ ਨੇ ਅੱਜ ਤੱਕ ਜਿਹੜਾ ਦੁੱਧ ਸੀਗਾ 12 ਲੀਟਰ 200 ਗ੍ਰਾਮ ਤੱਕ ਰਿਕਾਰਡ ਹੋਇਆ ਜਿਹੜਾ ਲੈਬ ਦੇ ਵਿੱਚ ਇੰਡੀਆ ਦਾ, ਇਦੋਂ ਪਹਿਲਾਂ ਕੋਈ ਲੈਬ ਨਹੀਂ ਸੀਗਾ ਕੋਈ ਰਿਕਾਰਡ, ਅਤੇ ਆਪਣੀ ਝੋਟੀ ਨੇ ਜਿਹੜੇ ਲੈਬ ਰਿਕਾਰਡ ਹੈ ਉਹਦਾ ਰਿਕਾਰਡ ਹੀ ਤੌਰ 'ਤੇ ਆਪਣੇ ਚੈਨਲ 'ਤੇ ਦੋਨਾਂ 'ਤੇ ਹੈ ਨਾ, ਲੱਖ ਬੰਦਾ ਇੱਕ 'ਤੇ ਜੁੜਿਆ ਹੋਇਆ, ਇੱਕ 'ਤੇ 54,000 ਜੁੜਿਆ ਹੋਇਆ, ਬਾਕੀ ਸਿਤਕ ਡੈਰੀ ਫਾਰਮ 'ਤੇ ਇਹਨੇ ਬਿੱਲੋ 2.5 ਸਾਲ ਦੀ ਉਮਰ ਦੇ ਵਿੱਚ ਹੋ ਗਈ ਇਹਨੇ 16 ਕਿਲੋ 700 ਗ੍ਰਾਮ ਦੁੱਧ ਦਿੱਤਾ, ਉਦੋਂ ਬਾਅਦ ਅਸੀਂ ਲੈਬ ਚਵਾਈਆਂ ਦੇ ਵਿੱਚ ਪੈ ਗਏ, ਲੈਬ ਚਵਾਈਆਂ ਦੇ ਵਿੱਚ ਜਦੋਂ ਪਏ ਤਾਂ ਉਹ ਟਾਈਮਾਂ ਦੇ ਵਿੱਚ ਵੀ ਇਹਨੇ ਜਿਹੜਾ ਦੁੱਧ ਦਿੱਤਾ ਤਾਂ ਕਿਤੇ 15 ਕਿਤੇ 15.5 ਕਿਤੇ 16 ਕਿਤੇ ਕੁਛ ਹੈ ਨਾ, ਤਾਂ ਇੱਦਾਂ ਦੁੱਧ ਦਿੱਤਾ, ਅਤੇ ਬਾਕੀ ਉਦੋਂ ਬਾਅਦ PDF ਮੇਲੇ ਜਾਵੜੇ ਸੀਗੇ, ਅਤੇ ਜੇ ਉੱਥੇ ਫਰਮੈਸ ਵਾਲਾ ਕੰਮ ਨਾ ਹੁੰਦਾ ਉੱਥੇ ਵੀ ਫਾਟੀ ਸੀਗੀ ਬਾਈ, ਕਿਉਂਕਿ ਉੱਥੇ ਵੀ ਪਤਾ ਸੀ ਅੱਜ ਤੱਕ ਆਪਾਂ ਦੇਖਿਆ ਹਿਸਟਰੀ ਦੇ ਵਿੱਚ ਕਦੇ ਵੀ ਜੁੜੇ ਥਾਂ ਵਾਲੀ ਫੱਟ ਨਹੀਂ ਹੁੰਦੀ ਹੁੰਦੀ ਝੋਟੀ ਕਦੇ ਵੀ, ਇਹ ਅਣਜਾਣ ਬੰਦੇ ਨੂੰ ਬਾਹਰ ਪਤਾ ਹੁੰਦਾ ਹੁਣ ਤਾਂ ਬਿਲਕੁਲ ਬਿਲਕੁਲ ਮੇਲੇ ਦੇ ਉੱਤੇ ਆਪਾਂ, ਕਿਉਂਕਿ ਜ਼ਿਆਦਾਤਰ ਜੱਜੇ ਆ ਜਿਹੜੀ ਬਾਹਰਲੇ ਲੋਕ ਹੀ ਕਰਦੇ ਹੁੰਦੇ ਆ ਬਿੰਦੀ ਉਹ, ਤਾਂ ਕਿਉਂਕਿ ਜੱਜਾਂ ਨਾਲੋਂ ਵੱਧ ਹੈ ਜਿਹੜੀ ਪਰਖ ਉਹ ਬਾਹਰਲੇ ਲੋਕ ਕਰਦੇ ਹੁੰਦੇ, ਅਤੇ ਅੱਜ ਵੀ ਮੈਂ ਦੇਖੀ ਜਾਂਦਾ ਸੀਗਾ ਮੰਨਣਯੋਗ ਆ ਜੀ ਜਿਹੜੀ ਨੀਲੀ ਰਾਵੀ ਦੇ ਵਿੱਚ ਸਭ ਤੋਂ ਜ਼ਿਆਦਾ ਘਾਣ ਹੋਇਆ, ਘਾਣ ਵੀ ਕੀ ਹੋਇਆ ਜਿਹੜੇ ਜੱਜ ਆ 2-4 ਜੱਜ ਆ, ਤਾਂ ਮੈਂ ਨਾਂ ਤਾਂ ਖੈਰ ਨਹੀਂ ਜਾਣਦਾ, ਤੁਹਾਨੂੰ ਪਤਾ ਵੀ PDF ਮੇਲੇ 'ਤੇ ਉਹੀ ਹੁੰਦੇ ਆ, ਠੀਕ ਹੈ ਇੱਕ ਮਜ਼ਬੂਰੀ ਬਣ ਗਈ ਵੀ ਮੇਲਾ ਵੱਡਾ ਹੈ, ਬਿਲਕੁਲ ਤਾਂ ਇਹ ਚਲੋ ਸੰਸਥਾ ਨੂੰ ਵੀ ਚਾਹੀਦਾ ਹੈ ਨਾ ਵੀ ਇਹ ਕੰਮ ਨਾ ਹੋਵੇ ਵੀ ਗਾਹਾਂ ਨੂੰ ਨਾ, ਬੁੱਢੇ ਜੱਜ ਹੈ ਤਾਂ ਉਹੀ ਹਰ ਵਕਤ ਜੀ ਹੁੰਦੇ ਉਹ ਜਵਾਨੀ ਵਾਲੇ ਦੇ ਜਜਿੰਗ ਕਰੀ ਜਾਂਦੇ ਆ, ਉਹ 2-4 ਬੰਦਿਆਂ ਦੇ ਮਤਲਬ ਪਸ਼ੂ ਹਰ ਵਕਤ ਜਿੱਤਦੇ ਰਹਿੰਦੇ ਆ, ਬਿਲਕੁਲ ਤੇ ਇੱਥੋਂ ਦੀ ਜਜਿੰਗ ਬਾਰੇ ਬਾਈ ਪਿੰਦੀ ਤੈਨੂੰ ਕਿਵੇਂ ਲੱਗਿਆ, ਕਿਉਂਕਿ ਚਲੋ ਮੈਂ ਪਹਿਲਾਂ ਵੀ ਕਿਹਾ ਸੀ ਮਾਂ ਵੀ ਇਹ ਗੱਲ ਨਹੀਂ ਹੈਗੀ ਵੀ ਆਪਣੇ ਪਸ਼ੂ ਆ ਜਿਹੜੇ ਨੰਬਰ ਜਿੱਤ ਗਏ ਤੇ ਆਪਾਂ ਨੂੰ ਜਜਿੰਗ ਜਿਹੜੀ ਉਹਨਾਂ ਦੀ ਚੰਗੀ ਲੱਗਦੀ ਹੈ ਹਨਾ, ਜਜਿੰਗ ਆਪਣੀ ਨੀਲੀ ਰਾਵੀ ਦੀ ਗੱਲ ਜੇ ਨਾ ਵੀ ਕਰ ਗਏ ਆਪਾਂ, ਹਾਂ ਬਾਕੀ ਆਪਾਂ ਸਾਰੇ ਦੇਖਿਆ ਹੋਰ ਬਹੁਤ ਸੋਹਣੀ ਜਜਿੰਗ ਸੀ, ਹਾਂ ਤੇ ਕੱਲੀ ਕੱਲੀ ਤੇ ਇੰਨੇ ਜ਼ਿਆਦਾ ਪੈਂਟ ਨੋਟ ਕੀਤੇ ਜਾਂਦੇ ਅਸੀਂ ਵੀ ਹੈਰਾਨ ਰਹਿ ਗਏ, ਬਾਕੀ ਆਪਾਂ ਨੂੰ ਦੱਸ ਕੇ ਵੀ ਗਏ ਉਹ ਜਿਵੇਂ ਹੁਣ ਆਪਣਾ ਕੱਲ ਪਾਰਸ ਦਾ ਵੀ ਆਪਾਂ ਨੂੰ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਕੀ ਕਮੀ ਰਹੇਗੀ ਜਾਂ ਕੀ ਹੋਊਗਾ, ਖੜਦਾ ਨਹੀਂ ਸੀ ਜਦੋਂ ਅਸੀਂ ਦੇਖਣ ਆਉਂਦੇ ਸੀ, ਤੇ ਆਪਾਂ ਨੂੰ ਗੁੱਸਾ ਵੀ ਇਸ ਚੀਜ਼ ਦਾ ਕੁਛ ਨਹੀਂ ਹੁੰਦਾ ਹੈ ਨਾ, ਉੱਥੇ ਜਿੱਥੇ ਆਪਾਂ ਨੂੰ ਸਾਰੀ ਗੱਲ ਸਮਝਾਈ ਜਾਂਦੀ ਹੈ, ਤਾਂ ਜੇ ਆਪਣਾ ਨੰਬਰ ਨਹੀਂ ਵੀ ਆਉਂਦਾ ਤੇ ਆਪਾਂ ਨੂੰ ਦੱਸਿਆ ਜਾਂਦਾ ਵੀ ਆਹ ਕੰਮ ਹੋਇਆ ਸੀ, ਦੁੱਖ ਨਹੀਂ ਅਗਲੀ ਵਾਰ ਨੂੰ ਬੰਦਾ ਤਿਆਰੀ ਕਰਨਾ, ਬਿਲਕੁਲ ਬਿਲਕੁਲ ਹੈ ਨਾ, ਸਟਰੋਂਗ ਹੋ ਕੇ ਆਉਂਦਾ ਬੰਦਾ, ਜਦੋਂ ਕੋਈ ਵੀ ਮਾਲ ਢਾਉਣਾ ਹੋਵੇ ਤਾਂ ਉਹਨੂੰ ਤਕੜਾ ਹੋਣੀ ਪੈਂਦਾ ਕਿ ਉਹ ਖਾਣੀ ਪੈਂਦਾ, ਬਿਲਕੁਲ ਤਾਂ ਉਸ ਵਕਤ ਅਗਲਾ ਤਕੜਾ ਹੋ ਕੇ ਆਉਂਦਾ, ਪਰ ਬਿੱਲੋ ਨੇ ਤੇ ਪਾਰਸ ਨੇ ਬਹੁਤ ਮਤਲਬ ਨਾਮ ਉੱਚਾ ਕੀਤਾ, ਧਨਾੜ ਹੋ ਗਿਆ ਨੀਲੀ ਰਾਵੀ ਦੇ ਵਿੱਚ ਹੈ ਨਾ, ਮੇਰੇ ਨਾਂ ਦੇ ਉੱਤੇ ਕਦੇ ਮੈਂ ਸੋਚਿਆ ਨਹੀਂ ਸੀਗਾ ਵੀ ਪਰਮਾਤਮਾ ਇੰਨਾ ਨਾਂ ਦੇਊਗਾ, ਤੇ ਮੈਂ ਪਰਮਾਤਮਾ ਦਾ ਬਹੁਤ ਸ਼ੁਕਰ ਕਰਦਾ ਤਾਂ ਦਾਤੇ ਦਾ ਹੈ ਨਾ, ਜਿਹਨੇ ਤੁਹਾਡੇ ਵਰਗੇ ਭਰਾ ਮਿਲਿਆ ਜੀ, ਤੇ ਸਾਰੇ ਭਰਾਵਾਂ ਦੇ ਵਿੱਚ ਮੋਹ ਪਿਆ, ਤੇ ਬਾਕੀ ਤੁਸੀਂ ਦੇਖਿਆ ਕੁਰੂਕਸ਼ੇਤਰ ਕੰਨੀਓ ਕੋਈ ਬੰਦਾ ਇੱਦਾਂ ਦਾ ਨਹੀਂ ਸੀਗਾ ਜਿਹੜਾ ਲੋਕਲ ਨਾ ਆਇਆ ਹੋਵੇ, ਜਿਹੜਾ ਨਾ ਆਇਆ ਹੋਵੇ, ਹਰ ਇੱਕ ਬੰਦਾ ਕਹਿੰਦਾ ਸੀਗਾ ਨੀਲੀ, ਹਾਂ ਨੀਲੀ ਰਾਵੀ ਆ ਕੇ ਬਹੁਤ ਖੁਸ਼ ਹੋਏ ਲੋਕ ਦੇਖਿਆ, ਕਹਿੰਦੇ ਵੀ ਯਾਰ ਬਾਕੀ ਉਹਨਾਂ ਨੂੰ ਯਾਦ ਆਈ ਹੈ ਨਾ ਗੱਲ ਵੀ ਯਾਰ ਪਾਕਿਸਤਾਨ ਦੀ ਬਲੱਡ ਲੈਣਾ, ਜ਼ਿਆਦਾਤਰ ਸਾਰੇ ਚੈਨਲ ਮੇਰੇ ਵਾਲਾ ਪਿੰਦੀ ਸਿੱਧੂ ਵਾਲਾ ਡੈਰੀ ਫਾਰਮ ਵਾਲਾ ਸਾਰੇ ਚੈਨਲ ਦੇਖਦੇ, ਹਰ ਬੰਦਾ ਕਹਿੰਦਾ ਵੀ ਬਾਈ ਅਸੀਂ ਵੀਡੀਓ ਅਸੀਂ ਦੇਖਦੇ ਹਾਂ, ਆਪਾਂ ਨੂੰ ਇਹ ਨਹੀਂ ਸੀਗਾ ਵੀ ਯਾਰ ਵੀ ਆਪਣੇ ਆਪਾਂ ਨੂੰ ਇਹ ਹੁੰਦਾ ਵੀ ਪੰਜਾਬ ਵਾਲੇ ਵੱਧ ਦੇਖਦੇ ਆ ਆਪਣਾ, ਪਰ ਹਰਿਆਣੇ ਦੇ ਵਿੱਚ ਮੈਂ ਕਹਿੰਦਾ ਵੀ ਕੁਰੂਕਸ਼ੇਤਰ ਏਰੀਆ ਅੱਜ ਪਤਾ ਲੱਗਿਆ ਵੀ ਹਰਿਆਣੇ ਦੇ ਵਿੱਚ ਜ਼ਿਆਦਾ ਦੇਖਿਆ, ਤਾਂ ਲੋਕਾਂ ਨੇ ਜਿਵੇਂ ਆਪਣਾ ਯਾਰ PDF ਤੇ ਪਿੰਦੀ ਆਪਾਂ ਦੇਖਦੇ ਹੁੰਦੇ ਹਾਂ ਨਾ ਵੀ ਤੇਰੇ ਕੋਲੇ ਲੋਕ ਇੱਥੇ ਆਉਂਦੇ ਆ ਯਾਰ, ਅਗਲਾ ਕਹਿੰਦਾ ਬਾਈ ਯਾਰ ਤੇਰੀਆਂ ਵੀਡੀਓ ਦੇਖਦੇ ਆ ਤੈਨੂੰ ਫੋਲੋ ਕਰਦੇ ਆ, ਪਰ ਇੱਥੇ ਵੀ ਮੈਂ ਕਹਿੰਦਾ ਵੀ ਉਹਨੇ ਲੋਕ ਹੀ ਆਏ ਯਾਰ, ਕਿਉਂਕਿ ਅੱਧੇ ਕੁ ਮੈਨੂੰ ਮਿਲੇ ਯਾਰ, ਕਹਿੰਦੇ ਹੁੰਦੇ ਕਮਾਉਣੇ ਬਹੁਤ ਔਖੇ ਆ, ਪੈਸਾ ਕਮਾਉਣਾ ਸੌਖਾ ਯਾਰ ਕਮਾਉਣੇ ਔਖੇ ਆ, ਹੁਣ ਜਿਵੇਂ ਅੱਜ ਨੀ ਇੱਥੇ ਗੱਲ ਚੱਲੀ ਸੀਗੀ ਤੂੰ ਦੇਖਿਆ ਸੀਗਾ, ਉਹ ਮੈਂਬਰ ਸੀਗਾ ਮੈਨੂੰ ਲੱਗਦਾ ਇਹ ਕਲੱਬ ਦਾ ਫੁੱਲ ਲੱਗਿਆ ਵਾ ਸੀ ਉਹਦੇ ਕੋਲੇ, ਉਹ ਮੈਨੂੰ ਕਹਿੰਦਾ ਕਹਿੰਦਾ ਯਾਰ PDF ਕਹਿੰਦਾ ਤੂੰ ਤਾਂ ਖਰਚੇ ਕਮਲਿਆਂ ਵਾਂਗੂ ਕਰ ਦਿੰਦੇ ਆ, ਕਹਿੰਦਾ ਹੁਣ ਇਹ ਗੱਲ ਆ ਕੇ ਕਹਿੰਦਾ ਖਰਚਾ ਕਮਲਿਆਂ ਵਾਂਗੂ ਕਰ ਦਿੰਦੇ ਤੁਸੀਂ ਕਮਲਿਆਂ ਵਾਂਗੂ, ਤੇ ਹੁਣ ਉਹਨੂੰ ਕੀ ਸਮਝਾਈਏ ਜਿਹੜਾ ਪੈਸਾ ਕਮਾਉਣਾ ਸੌਖਾ, ਜਿਹੜੀਆਂ ਜਾਰੀਆਂ ਕਮਾਉਣੀਆਂ ਔਖੀਆਂ, ਬਿਲਕੁਲ ਜਿਹੜੇ ਯਾਰ ਹੈ ਇਹ ਟਾਮੇ ਟੱਲੇ ਮਸਾਂ ਲੱਭਦੇ ਆ, ਮਤਲਬ ਜਿਹੜੀਆਂ ਸਾਡੀਆਂ ਜਾਰੀਆਂ ਇਹ ਮਸਾਂ ਜਾ
ਤਾਂ ਕਸਮ ਲੱਗੇ ਬਾਹਰ ਆ ਕੇ ਜ਼ਿੰਦਗੀ ਦੇਖੀ ਦੀ ਆ ਵੀ ਜ਼ਿੰਦਗੀ ਹੈ। ਤਾਂ ਮੈਂ ਇਹ ਗੱਲ ਕਹਿਣਾ ਵੀ ਆਪਣੇ ਲੋਕ ਕੀ ਹੁੰਦਾ ਪਿੰਡ ਦੇ ਵਿੱਚ ਹੀ ਉਲਝੇ ਹੋਏ ਆ। ਸਹੀ ਹੈ ਸਹੀ ਹੈ ਠੀਕ ਹੈ। ਮੈਂ ਪਿੰਡ ਦੀਆਂ ਵੀ ਪ੍ਰਧਾਨੀਆਂ ਕੀਤੀਆਂ ਕਲੱਬਾਂ ਦੀਆਂ ਸਾਰਾ ਕੁਛ ਕੀਤਾ ਪਰ ਉਹਦੇ ਵਿੱਚ ਧਿਆਨ ਜਿਹਾ ਘੱਟ ਦਿੱਤਾ। ਹੁਣ ਵੀ ਬੰਦੇ ਵਿੱਚ ਬਹੁਤ ਬੰਦੇ ਕਹਿੰਦੇ ਵੀ ਬਾਈ ਉਹਦੇ ਵਿੱਚ ਕਿਉਂ ਨਹੀਂ ਧਿਆਨ ਦਿੱਤਾ, ਐਂ ਸੀ ਤੁਸੀਂ ਪ੍ਰਧਾਨ ਫਲਾਨਾ ਹੈ। ਵੀ ਯਾਰ ਪਿੰਡ ਦੇ ਵਿੱਚ ਤਾਂ ਉਹ ਵੋਟ 5,000 ਵੋਟ ਹੀ ਹੈ, ਉਹਦੇ ਵਿੱਚ ਆਪਾਂ ਉਲਝੇ ਰਹੇ ਨੇ, ਉਹਦੇ ਵਿੱਚ 100-200 ਬੰਦਾ ਆਪਣੇ ਕੰਨੀਆਂ, ਬਾਕੀ ਪਿੱਠ ਪਿੱਛੇ ਨਿੰਦਣ ਵਾਲਾ। ਸਹੀ ਹੈ ਸਹੀ ਠੀਕ ਹੈ। ਮਾਣ ਤਾਂ ਆਪਣੇ ਆਪ ਦੇ ਨਾਲ ਰਹਿਣ ਵਾਲੇ ਨਹੀਂ ਹੁੰਦੇ ਪਿੰਡ ਦੇ ਵਿੱਚ, ਉਹ ਮੱਚਦੇ ਹੈ ਨਾ। ਬਿਲਕੁਲ। ਤਾਂ ਪਰ ਜਿਹੜੀਆਂ ਜਾ ਰਹੀਆਂ ਬਾਹਰ ਹੀ ਕਮਾਈਆਂ ਜਾਂਦੀਆਂ। ਬਿਲਕੁਲ। ਜੇ ਪਿੰਡ ਦੇ ਵਿੱਚੋਂ ਨਿਕਲ ਕੇ ਦੇਖਾਂਗੇ ਆਪਾਂ ਸਾਰਾ ਪੰਜਾਬ ਪਿਆ, ਸਾਰਾ ਪੰਜਾਬ ਛੱਡੋਗੇ ਸਾਰਾ ਹਰਿਆਣਾ ਪਿਆ, ਇੰਡੀਆ ਪਿਆ ਸਾਰਾ। ਬਾਕੀ ਪਿੰਡੀ ਜਿਹੜੇ ਵੀ ਬੰਦਾ ਕੋਈ ਵੀ ਜਾਨਵਰ ਰੱਖਦਾ ਉਹਨਾਂ ਦੇ ਦਿਲ ਹੈ ਜਿਹੜੇ ਸਾਫ਼ ਹੁੰਦੇ ਆ, ਅਤੇ ਇੱਕ ਮੋਹ ਪਿਆਰ ਵਾਲੇ ਬੰਦੇ ਹੁੰਦੇ ਆ, ਕੋਈ ਵੀ ਜਾਨਵਰ ਜਿਹੜੇ ਜਾਨਵਰਾਂ ਦੇ ਨਾਲ ਜੁੜੇ ਹੋਏ ਹੈਗੇ ਹੈ ਨਾ, ਅਤੇ ਟੈਨਸ਼ਨ ਫ੍ਰੀ ਬੰਦੇ ਹੁੰਦੇ ਆ ਕਿਉਂਕਿ ਜਦੋਂ ਵੀ ਆਪਾਂ ਕੋਈ ਵੀ ਜਾਨਵਰ ਘਰੇ ਪਾਲਦੇ ਆ ਲੋਕ ਦੀਪ ਇੱਕ ਗੱਲ ਉਹੀ ਗੱਲ ਕਹਿੰਦੇ ਹੁੰਦੇ ਆ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੈਸਾ ਕਮਾਉਣਾ ਸੌਖਾ, ਜਾ ਰਹੀਆਂ ਕਮਾਉਣੀਆਂ ਔਖੀਆਂ। ਲੋਕ ਕੀ ਕਰਦੇ ਜੇ 2-4 ਬੰਦੇ ਵੀ ਆ ਜਾਂਦੇ ਨਾ ਤਾਂ ਲੋਕ ਵੱਡੂ ਵੱਲ ਘੁੰਮਣ ਵਾਲੀ ਕੋਸ਼ਿਸ਼ ਕਰਦੇ ਆ ਵੀ ਜਿਹੜਾ ਚਾਹ ਪਾਣੀ ਜਾਂ ਕੁਛ ਹੋਰ ਹੈ ਹਨਾ, ਵੀ ਆਪਾਂ ਯਾਰ ਐਂਡ ਤੇ ਪੁੱਛਦੇ ਆ ਜਦੋਂ ਬੰਦਾ ਖੜਾ ਹੋ ਜਾਂਦਾ ਉਦੋਂ ਪੁੱਛਦੇ ਵੀ ਚਾਹ ਬਣਾਈਏ। ਸਹੀ ਹੈ ਸਹੀ ਠੀਕ ਹੈ। ਅਗਲਾ ਜਦੋਂ ਹੁਣ ਤੋਰੀ ਪਿਆ ਉਹ ਚਾਹ ਕਿੱਥੋਂ ਪੀ ਲੂਗਾ ਨਾ, ਆਪਣਾ ਕੰਮ ਇੱਥੇ ਖੁੱਲਾ ਹੁੰਦਾ ਤੇ ਆਪਣਾ ਕੰਮ ਉਹ ਹੁੰਦਾ ਵੀ ਬੰਦੇ ਨੂੰ ਜੇ ਤੁਰੇ ਇਹਨੂੰ ਪਤਾ ਲੱਗ ਜਾਵੇ ਵੀ ਬੰਦੇ ਨੰਗੇ ਜਾਂਦੇ ਆ ਯਾਰ ਵੀ ਉਹ ਬੰਦੇ ਮਿਲ ਕੇ ਗਏ ਸੀ ਉਹਨਾਂ ਨੂੰ ਧੱਕੇ ਨਾ ਵਹਾਈਦਾ। ਸਹੀ ਹੈ ਸਹੀ ਠੀਕ ਹੈ। ਵੀ ਨਾ ਯਾਰ ਵੀ ਮਾਨ ਤਾਂ ਨਹੀਂ ਇਹ ਰਹੇਗਾ ਬਈ ਰਹਿਣਾ ਕੀ ਇੱਥੇ ਜ਼ਿੰਦਗੀ 'ਚ, ਕੁਛ ਨਹੀਂ ਖਤਮ ਹੈ ਬੰਦਾ ਇਨਸਾਨ, ਕੋਈ ਪਤਾ ਨਹੀਂ ਕਦੋਂ ਪੜਾਕਾ ਪੈ ਜੇ, ਅੱਜ ਹੈਗੇ ਆ ਕੱਲ ਨੂੰ ਹੈ ਜਾਂ ਨਾ ਹੈ ਹਨਾ, ਕੋਈ ਪਤਾ ਨਹੀਂ ਲੱਗਦਾ ਹਨਾ। ਤਾਂ ਇਹ ਚੱਕਰ ਆ ਵੀ ਬਈ ਸਾਰਿਆਂ ਨੂੰ ਵੱਧ ਹਨਾ ਬਾਹਰ ਅੰਦਰ ਨਿਕਲ ਕੇ ਦੇਖੋ ਹਨਾ, ਬੀਡਿੰਗ ਤੇ ਬੰਦਾ ਕੰਮ ਕਰਦਾ। ਬਾਕੀ ਕੱਲ ਨੂੰ ਆਪਣੀ ਬਿੱਲੋ ਦਾ ਜਨਮ ਦਿਨ ਹੈ, ਉਹ ਵੀ ਅਨਾਉਂਸ ਕਰ ਦੇ ਤੇ ਕੋਸ਼ਿਸ਼ ਕਰਾਂਗੇ ਆਪਾਂ। ਹਾਂਜੀ ਬਈ ਚਲੋ, ਤੇ ਕੱਲ ਨੂੰ ਬਿੱਲੂ ਦਾ ਜਨਮ ਦਿਨ ਹੈ ਤੇ ਕੱਲ ਨੂੰ ਕੇਕ ਕੱਟਾਂਗੇ ਇੱਥੇ ਜ਼ਰੂਰ ਬਾਈ, ਕੇਕ ਸਾਰੇ ਭਰਾ ਆਏ ਆ, ਪਾਰਟੀ ਕਰਾਂਗੇ ਕਿਉਂਕਿ ਬਿੱਲੂ ਨੂੰ ਗਿਫਟ ਮਿਲ ਗਿਆ ਇੱਕ, ਅੱਜ ਬਿੱਲੂ ਨੂੰ ਗਿਫਟ ਅੱਜ ਦੇ ਤਾਂ ਜਨਮ ਦਿਨ ਦਾ ਕੰਮ ਨੂੰ ਗਿਫਟ ਮਿਲ ਗਿਆ ਬਿੱਲੂ ਨੂੰ। ਹਾਂ ਤੇ ਅਸੀਂ ਮੈਂ ਤੜਕੇ ਪੁੱਛਿਆ ਜਦੋਂ ਪਿੰਦੀ ਤੂੰ ਦੱਸਿਆ ਤੇ ਕਹਿੰਦਾ ਬਿੱਲੂ ਦਾ ਕੱਲ ਨੂੰ ਜਨਮ ਦਿਨ ਹੈ ਤੇ ਮੈਂ ਉਹਦੀ ਤੈਨੂੰ ਦੱਸਦਾ ਸੀ, ਫਿਰ ਮੈਂ ਹਾਂ ਚੱਲ ਉਹਨੂੰ ਫੁੱਲ ਲਾਲ ਫੁੱਲ ਅੱਜ ਜਿਹੜਾ ਅੱਜ ਦੇ ਇੱਕ ਗੱਲ ਹੋਰ ਵੀ ਦੱਸਾਂ ਦੀ ਤੂੰ ਦੇਖੀ ਨੋਟ ਕੀਤੀ ਗੱਲ ਇਹ ਕ੍ਰੀਟਰ ਏਦਾਂ ਦੇ ਜਦੋਂ ਆਪਣੇ ਕੰਪੀਟੀਸ਼ਨ ਜਿੱਤਿਆ ਸੀਗਾ ਤੇ ਆਪਾਂ ਰਾਤ ਵੀ ਹੁਣ ਤੁਹਾਨੂੰ ਪਤਾ ਦੁੱਧ ਚੋਇਆ ਸੀਗਾ ਸਾਰਿਆਂ ਦੇ ਸਾਹਮਣੇ, ਉਹਨਾਂ ਨੂੰ ਐਂ ਸੀਗਾ ਵੀ ਤੜਕੇ ਪਿੰਦੀ ਨੇ ਕੱਲਾ ਦੁੱਧ ਨਹੀਂ ਚੋਇਆ, ਤੜਕੇ ਵਾਲਾ ਕੱਲਾ ਦੁੱਧ ਨਹੀਂ ਚੋਇਆ ਆਪਾਂ ਕੰਪੀਟੀਸ਼ਨ ਦੇ ਮਾਰੇ ਨੇ ਤੇ 3-4 ਵਜੇ ਕੰਪੀਟੀਸ਼ਨ ਹੋ ਗਿਆ, 4:30-4 ਵਜੇ ਆਪਾਂ ਦੁੱਧ ਕੱਢਣ ਲੱਗ ਗਏ। ਪਰ ਉਹ ਲੋਕ ਤੁਹਾਨੂੰ ਪਤਾ ਕਿਵੇਂ ਖੜੇ ਸੀਗੇ ਆਪਣੇ ਕੋਲੇ, ਸਾਰੇ ਬੰਦੇ ਦੇਖਦੇ ਸੀਗੇ ਵੀ ਦੇਖਾਂਗੇ ਵੀ ਹਕੀਕਤ ਦੇ ਵਿੱਚ ਦੁੱਧ ਕਿੰਨਾ ਦਿੰਦਾ, ਤੇ ਉਹੀ ਝੋਟੀ ਨੇ ਦੇਖ ਲਿਆ ਦਿਨ ਦਾ ਤੁਹਾਨੂੰ ਦੱਸਿਆ 13-14 ਲੀਟਰ ਹੁਣ ਤੋਕੜ ਝੋਟੀ ਦਿੰਦੀ ਹੈ, ਜਿਹੜੇ ਕੱਲ ਨੂੰ 3 ਸਾਲ ਦੀ ਹੋਣਾ 2 ਦੰਦ ਹੈ ਠੀਕ ਹੈ, ਉਹ ਵੀ ਤੋਕੜ। ਤੇ ਹੁਣ ਵੀ ਅੱਜ ਉਸ ਹਿਸਾਬ ਨਾਲ ਵੀ ਦੁੱਧ ਬਹੁਤ ਜ਼ਿਆਦਾ ਚੰਗਾ ਸੀ ਤੇ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਵੀ ਵਾਕਈ ਯਾਰ ਜਿਹੜੀ ਚੀਜ਼ ਆ ਹਕੀਕਤ ਹਕੀਕਤ ਆ ਯਾਰ, ਸਾਹਮਣੇ ਰਹਿਣਾ ਜਿਹੜਾ ਸੱਚ ਆ ਬਾਈ ਜੀ ਤਾਂ ਉਹ ਸਾਹਮਣੇ ਰਹਿਣਾ ਹਨਾ। ਹਾਂ ਬਾਲਟੀ ਦੂਜੀ ਧੋ ਕੇ ਲਿਆਏ ਆਪਾਂ। ਹਾਂ ਬਿਲਕੁਲ ਹਾਂ, ਵੱਡੀ 20 ਲੀਟਰ ਵਾਲੀ ਧੋ ਕੇ ਲਿਆ, 10 ਲੀਟਰ ਵਾਲੀ ਦੁੱਧ ਪਿਆ ਨਹੀਂ ਹੁੰਦਾ। ਬਿਲਕੁਲ ਬਿਲਕੁਲ। ਤੇ ਉਹ 20 ਮਿੰਟ ਲਾ ਲਓ ਦੇਖ, ਪਹਿਲਾਂ ਬਾਲਟੀ ਫੁੱਲ ਪਾਈ ਤਾਂ ਅੱਧੀ ਬਾਲਟੀ ਉਹ ਕੀਤੀ, ਕੱਲਾ ਤੜਕੇ ਨਹੀਂ ਚੋਇਆ ਸੀ, ਆਥਣੇ ਤਾਂ ਆਪਾਂ ਚੋਣੀ 4-5 ਵਜੇ ਸੀ ਤੇ ਹਜੇ ਵੀ 3-4 ਘੰਟੇ ਤੜਕੇ ਵਾਲਾ ਦੁੱਧ ਦੇਖ ਲਓ ਆਪਾਂ, ਤੜਕੇ ਲਾ ਆਪਣਾ 6.5 ਲੀਟਰ ਤੇ ਸ਼ਾਮ ਨੂੰ ਜਾ ਕੇ 7 ਵਜੇ 6.5 ਲੀਟਰ ਹੋਣਾ ਜੀ ਦੁੱਧ ਤੇ ਆਪਾਂ ਚੋਈ 4:30 ਵਜੇ ਤੇ ਉਸ ਹਿਸਾਬ ਦੇ ਨਾਲ ਆਪਾਂ ਨੂੰ ਦੁੱਧ ਸੀਗਾ 11 ਕੁ ਲੀਟਰ ਤੇ ਉਮੀਦ ਤੋਂ ਪਰੇ ਹੁਣ ਵੀ ਇੱਥੇ 13 ਲੀਟਰ ਦੇ ਲਗਭਗ ਦੁੱਧ ਹੁਣ ਵੀ ਦਿੱਤਾ ਕਿਉਂਕਿ 5 ਲੀਟਰ ਵਾਲੀ ਕਟਲੀ ਇੱਕ ਭਰੀ ਆਪਾਂ, ਬਾਕੀ ਹੋਟਲ ਵਾਲੇ ਨੂੰ ਦਿੱਤਾ। ਤਾਂ ਜਾਨੀ ਕਿ ਲੋਕ ਮਤਲਬ ਖੜ ਕੇ, ਹਾਂ ਨਾਲੇ ਕੱਖ ਕੁੱਖ ਨਹੀਂ ਖਾਧੇ, ਨਾਲੇ ਘਰੇ ਮੈਂ ਤੋਲਿਆ ਨਹੀਂ ਸੀ, ਇੱਕ ਬਾਲਟੀ ਦਾ ਐਸਟੀਮੇਟ ਸੀਗਾ ਵੀ ਇੰਨਾ ਦੁੱਧ ਹੋਊਗਾ ਤੇ ਪਰ ਇੱਥੋਂ ਅੱਜ ਪਤਾ ਲੱਗਿਆ ਵੀ ਦੁੱਧ ਹੁਣ ਵੀ ਇਹਦਾ ਵੱਧ ਹੈ, ਇਹਦਾ 14-14 ਲੀਟਰ ਦੁੱਧ ਹੋਊਗਾ ਤੇ ਕੋਸ਼ਿਸ਼ ਕਰਾਂਗੇ ਵੀ ਤੋਕੜਾ ਨਾਲੇ ਬੱਚਾ ਮਰਿਆ ਵੀ ਚਵਾਈ ਕਰਾਉਣ ਦੇ ਇੱਕ ਅੱਧੀ ਚਵਾਈ ਹੁਣ ਫੇਰ ਕਰਵਾ ਦਈਏ ਤੋਕੜ ਦੀ ਤੇ ਤੁਹਾਨੂੰ ਦਿਖਾ ਦਈਏ ਵੀ ਜਿਹੜੀ ਚੀਜ਼ ਚੰਗੀ ਆ ਤਾਂ ਉਹਨੂੰ ਦੁੱਧ ਵੱਧ ਕੱਢਣਾ। ਮੈਂ ਤਾਂ ਇਹੀ ਕਹਿਣਾ ਸਾਰੇ ਭਰਾਵਾਂ ਨੂੰ, ਬਰੀਡ ਤੇ ਕੰਮ ਕਰੋ, ਚੰਗੀਆਂ ਚੀਜ਼ਾਂ ਰੱਖੋ, ਕਿਸੇ ਦੇ ਮਗਰ ਨਾ ਲੱਗੋ, ਵਧੀਆ ਕੰਮ ਕਰੋ ਠੀਕ ਆ, ਤੇ ਨਾਲ ਵੀ ਬੁਰਾ ਨਾਲੋਂ ਘੱਟ ਨਹੀਂ ਬਣਦੀ ਆ, ਪ੍ਰੋਫਿਟ ਵੀ ਜ਼ਿਆਦਾ ਹੁੰਦਾ, ਬਸ ਇਹ ਚੀਜ਼ ਹੈ। ਤੇ ਇੱਕ ਵਾਰੀ ਫੇਰ ਬਾਈ ਮੁਬਾਰਕਾਂ ਦੇ, ਠੀਕ ਆ ਜੀ ਬਾਈ, ਸਤਿ ਸ਼੍ਰੀ ਅਕਾਲ, ਧੰਨਵਾਦ, ਥੈਂਕ ਯੂ ਬ੍ਰੋ। ਤੇ ਇਹ ਸੀ ਬਾਈ ਆਪਣਾ ਪਿੰਡੀ ਤੇ ਥੋੜਾ ਜਿਹਾ ਉਦੋਂ ਸੀ ਨਾ ਲੇਟ ਹੋ ਗਏ ਸੀਗੇ ਤੇ ਬਾਕੀ ਚਲੋ ਤੁਹਾਨੂੰ ਅੰਦਰ ਦਿਖਾਉਣੇ ਆ ਮਾੜਾ ਜਿਹਾ ਸਟੋਰੀ ਜਿਹੜੀ ਲੱਗੀ ਹੋਈ ਹੈ ਇੱਥੇ ਤੇ ਇੱਧਰ ਬਾਈ ਵਰਗੇ ਬੈਠੇ ਆ, ਸੁਰੇਸ਼ ਤਾਲੂ ਵਰਗੇ ਸਾਡੇ ਭਰਾ ਬੈਠੇ ਹੈਗੇ ਤੇ ਇੱਧਰ ਬਿੱਲੋ ਮੱਝ ਬੈਠੀ ਹੈ, ਅੱਗੇ ਪਾਰਸ ਬੈਠਾ ਹੈ ਤੇ ਇੱਧਰ ਆਹ ਸੂਰਿਆ ਤਾਲੂ ਬੈਠਾ ਹੈਗਾ ਬਿੱਲੋ। ਤਾਂ ਰੈਸਟ ਕਰ ਰਹੇ ਹਾਂ ਇਸ ਟਾਈਮ ਇਸ ਟਾਈਮ। ਤਾਂ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਚੈਨਲ ਨਾਲ ਜੁੜਨ ਵਾਸਤੇ ਤੇ ਅੱਗੇ ਵੀ ਯਾਰ ਮਿਹਨਤ ਕਰਾਂਗੇ, ਚੈਨਲ ਵਧੀਆ ਤਰੀਕੇ ਨਾਲ ਚਲਾਵਾਂਗੇ ਹੈ ਨਾ। ਤਾਂ ਜੋ ਵੀ ਜਿੰਨੀ ਕੁ ਵੀ ਸਾਨੂੰ ਨੌਲੇਜ ਆ ਉਹ ਸਾਨੂੰ ਦੱਸਾਂਗੇ ਹੈ ਨਾ। ਤਾਂ ਮੇਰਾ ਵੀਰ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਯਾਰ। ਇਹ ਬਿੱਲੋ ਮੱਝ ਕੱਲ੍ਹ ਨੂੰ ਹੋ ਸਕਦਾ ਇਹਦਾ ਅਸੀਂ ਕੇਕ ਵੀ ਕੱਟ ਗਏ ਕਿਉਂਕਿ ਖੁਸ਼ੀ ਬਹੁਤ ਹੈ ਹੈ ਨਾ।